ਸਤਿ ਸਿੰਘ ਵਲਟੋਹਾ ਫੋਨ ਲਾਈਨ ਤੇ ਮੌਜੂਦ ਨੇ। ਵਲਟੋਹਾ ਸਾਹਿਬ ਸਵਾਗਤ ਹੈ, ਸਵਾਲ ਵੀ ਨਾਲ ਹੀ ਹੈ। ਰਵਨੀਤ ਬਿੱਟੂ ਕਹਿੰਦੇ ਕਿ ਜੇ ਕੇਂਦਰ ਸਰਕਾਰ ਦਾ ਕੋਈ ਪਲਾਨ ਹੈ ਤਾਂ ਉਹ ਹੁਣ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਨਗੇ, ਕੀ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ? ਦੇਖੋ, ਇਹੀ ਗੱਲ ਹੈ ਕਿ ਇਹਨਾਂ ਦਾ ਪਹਿਲੋਂ ਬਿਆਨ ਹੋਰ ਹੁੰਦਾ ਹੈ ਤੇ ਬਾਅਦ ਚ ਇਹਨਾਂ ਦਾ ਬਿਆਨ ਬਦਲ ਜਾਂਦਾ ਹੈ ਜੀ। ਦੋ ਦਿਨ ਪਹਿਲਾਂ ਇਹਨਾਂ ਦਾ ਬਿਆਨ ਸੀਗਾ ਕਿ ਪੰਥ ਤੇ ਪੰਜਾਬ ਦੇ ਜਿਹੜੇ ਮਸਲੇ ਨੇ ਜੀ, ਚਾਹੇ ਉਹ ਬੰਦੀ ਸਿੰਘਾਂ ਦਾ ਮਸਲਾ ਆ, ਮੈਂ ਉਹਨੂੰ ਹੱਲ ਕਰਵਾਉਣ ਵਿੱਚ ਆਪਣਾ ਰੋਲ ਅਦਾ ਕਰਾਂਗਾ ਜੀ। ਅੱਜ ਆ ਗਿਆ ਕਿ ਜੇ ਕੇਂਦਰ ਸਰਕਾਰ ਚਾਹੇਗੀ ਤੇ ਮੈਂ ਝਿੜਕਾ ਨਹੀਂ ਬਣਾਂਗਾ ਜੀ। ਤੇ ਸਰਕਾਰ ਜੇ ਚਾਹੇਗੀ ਤੇ ਇਹ ਝਿੜਕਾ ਬਣ ਹੀ ਨਹੀਂ ਸਕਦੇ। ਵਿਰੋਧ ਕਰਦੇ ਰਹੇ, ਤੁਹਾਡੇ ਯਾਦ ਹੋਵੇ ਜਦੋਂ ਕਾਂਗਰਸ ਦੇ ਵਿੱਚ ਸਾਂਸਦ ਸੀਗੇ ਤਾਂ ਲੋਕ ਸਭਾ ਦੇ ਵਿੱਚ ਇਹਨਾਂ ਨੇ ਅਮਿਤ ਸ਼ਾਹ ਨੂੰ ਸਵਾਲ ਪੁੱਛਿਆ ਸੀ, ਜਿਸ ਤੋਂ ਬਾਅਦ ਜਦੋਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸੀ ਉਦੋਂ ਵੀ ਇਹ ਗੱਲ ਚੱਲੀ ਸੀ। ਦੇਖੋ, ਇਹਨਾਂ ਦਾ ਵਿਰੋਧ ਕੋਈ ਅਰਥ ਨਹੀਂ ਰੱਖਦਾ ਕਿਉਂਕਿ ਉਹ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਜੀ। ਉਹਨਾਂ ਨਾਲ ਬੇਇਨਸਾਫੀ ਹੋ ਰਹੀ ਆ, ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਤੇ ਉਹਨਾਂ ਨਾਲ ਗੈਰ ਕਾਨੂੰਨੀ ਹੋ ਰਹੀ ਹੈ ਜੀ। ਕੀਤੀ ਇਸ ਕਰਕੇ ਜਾ ਰਹੀ ਹੈ ਕਿ ਦੇਸ਼ ਦੇ ਅੰਦਰ ਪੋਲਰਾਈਜੇਸ਼ਨ ਹੋ ਗਈ ਹੈ, ਫਿਰਕੂ ਵੰਡ ਦਾ। ਉਹ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਸ਼ਿਕਾਰ ਹੋ ਰਹੇ ਨੇ। ਹੁਣ ਗੱਲ ਮੁਕਤੀ ਜੀ ਇੰਨੀ ਕੁ ਹੈ, ਮੇਰੀ ਬੇਨਤੀ ਸੁਣ ਲਓ, ਮੇਰੀ ਬੇਨਤੀ ਸੁਣ ਲਓ। ਗੱਲ ਜਿਹੜੀ ਆ ਕਿ ਰਵਨੀਤ ਸਿੰਘ ਬਿੱਟੂ ਦੋ ਤਿੰਨ ਦਿਨ ਪਹਿਲਾਂ ਬਿਆਨ ਦਿੰਦੇ ਹੈ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਕਿ ਮੈਂ ਬੰਦੀ ਸਿੰਘਾਂ ਦਾ ਮਸਲਾ ਹੱਲ ਕਰਵਾਉਂ, ਅੱਜ ਉਸੇ ਗੱਲ ਤੇ ਆ ਗਏ ਜਿਹੜੀ ਗੱਲ ਅਮਿਤ ਸ਼ਾਹ ਕਹਿੰਦੇ ਕਿ ਇਨਕੋ ਨਹੀਂ ਛੋੜੇਂਗੇ, ਇਨਕੋ ਮਾਫ ਨਹੀਂ ਕਰੇਂਗੇ, ਇਨਕੋ ਰਿਹਾ ਨਹੀਂ ਕਰੇਂਗੇ ਕਿਉਂਕਿ ਇਹ ਮਾਫੀ ਕੇ ਲਾਇਕ ਨਹੀਂ ਹੈ। ਹਾਂਜੀ, ਉਹ ਤੇ ਸਿੱਧਾ ਹੀ ਇਹੀ ਗੱਲ ਕਹਿੰਦੇ। ਔਰ ਸ਼੍ਰੋਮਣੀ ਅਕਾਲੀ ਦਲ ਨੂੰ ਜਦੋਂ ਇਲੈਕਸ਼ਨਾਂ ਤੋਂ ਪਹਿਲਾਂ ਜਦੋਂ ਥੋੜੀ ਬਹੁਤੀ ਗੱਲਬਾਤ ਚੱਲੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਜਿਹੜਾ ਮਸਲਾ ਰੱਖਿਆ ਕਿ ਸਾਡੇ ਵਾਸਤੇ ਜਿੱਥੇ ਨੈਸ਼ਨਲ ਮੁੱਦੇ ਵੀ ਨੇ, ਪੰਜਾਬ ਦੇ ਮੁੱਦੇ ਵੀ ਨੇ, ਉੱਥੇ ਸਾਡੀ ਕਮਿਊਨਿਟੀ ਦੇ ਸਾਡੇ ਪੰਥ ਦੇ ਮਸਲੇ ਵੀ ਨੇ। ਪਰ ਬਲਟੋਹਾ ਸਾਹਿਬ, ਰਵਨੀਤ ਸਿੰਘ ਬਿੱਟੂ ਦਾ ਬਿਆਨ ਇਸ ਕਰਕੇ ਵੀ ਅਹਿਮ ਹੋ ਜਾਂਦਾ ਹੈ ਕਿ ਜਿਹੜੇ ਮਰਹੂਮ ਮੁੱਖ ਮੰਤਰੀ ਨੇ ਬੇਅੰਤ ਸਿੰਘ, ਉਹਨਾਂ ਦੇ ਪੋਤੇ ਨੇ ਰਵਨੀਤ ਸਿੰਘ ਬਿੱਟੂ ਤੇ ਉਸ ਪਰਿਵਾਰ ਨਾਲ ਤਾਲੁਕ ਰੱਖਦੇ ਨੇ, ਤੇ ਜਿਵੇਂ ਰਾਜੂਆਣਾ ਦੀ ਗੱਲ ਕਿਤੇ ਨਾ ਕਿਤੇ ਆਉਂਦੀ ਹੈ, ਰਾਜੀਵ ਗਾਂਧੀ ਦੇ ਹਥਿਆਰਾਂ ਨੂੰ ਮਾਫ਼ ਕੀਤਾ ਗਿਆ, ਤਾਂ ਇਹ ਗੱਲ ਨਾਲ ਨਾਲ ਚੱਲਦੀ ਰਹੀ ਹੈ ਕਿ ਬਲਵੰਤ ਸਿੰਘ ਰਾਜੂਆਣਾ ਨੂੰ ਜਿਹੜਾ ਬੇਅੰਤ ਸਿੰਘ ਦਾ ਪਰਿਵਾਰ ਹੈ ਉਹ ਬਾਹਰ ਕੱਢਣ ਦੇ ਵਿੱਚ ਇਸ ਤਰੀਕੇ ਦੇ ਨਾਲ ਮਦਦ ਕਰ ਸਕਦਾ ਕੋਈ, ਤਾਂ ਰਵਨੀਤ ਸਿੰਘ ਬਿੱਟੂ ਦਾ ਇਹ ਬਿਆਨ ਕਿ ਅੜਿੱਕਾ ਨਹੀਂ ਪਾਵਾਂਗਾ, ਮੈਂ ਆਪਣੇ ਪਰਿਵਾਰ ਨੂੰ ਸਹਿਮਤ ਕਰ ਲਿਆ, ਕੋਈ ਫਾਇਦਾ ਮਿਲੇਗਾ ਇਸ ਦੇ ਨਾਲ? ਇਹ ਗੱਲਾਂ ਕੋਈ ਅਰਥ ਨਹੀਂ ਰੱਖਦੀਆਂ ਜੀ। ਇਹਦਾ ਮਤਲਬ ਜੇ ਕਿਸੇ ਕੋਲੋਂ ਕਿਸੇ ਦਾ ਕਤਲ ਹੋ ਗਿਆ ਉਹਨੂੰ ਸਜ਼ਾ ਹੋ ਗਈ, ਜਿਹੜੀ ਮਦਈ ਧੇਰਿਆ ਉਹ ਤੇ ਕਦਾ ਚਿੱਤ ਵੀ ਨਹੀਂ ਚਾਹੁੰਦੀ ਕਿ ਉਹ ਬੰਦਾ ਬਾਹਰ ਆਵੇ। ਹਾਂਜੀ, ਕਦਾ ਚਿੱਤ ਵੀ ਨਹੀਂ ਚਾਹੁੰਦੀ। ਜੇ ਮਦਈ ਧਿਰਦੇ ਕਹਿਣ ਦੇ ਉੱਤੇ ਹੀ ਰਿਹਾਈਆਂ ਹੋਣੀਆਂ ਆ, ਫਿਰ ਤਾਂ ਕਾਨੂੰਨ ਰਹਿ ਹੀ ਨਾ ਗਿਆ। ਹਾਂਜੀ, ਇਸ ਕਰਕੇ ਜਿਹੜਾ ਆ ਮਦਈ ਧਿਰਦਾ ਕੋਈ ਅਰਥ ਨਹੀਂ ਹੁੰਦਾ। ਹਾਂ, ਇਹਨਾਂ ਦਾ ਫਰਜ਼ ਬਣਦਾ ਆ ਕਿ ਉਹ ਲੋਕ ਇੱਕ ਵੇਗ ਦੇ ਵਿੱਚ, ਇੱਕ ਲਹਿਰ ਦੇ ਵਿੱਚ, ਇੱਕ ਭਾਵਨਾਤਮਕ ਤੌਰ ਤੇ ਜਦੋਂ ਸੱਟ ਵੱਜੀ ਹੈ ਉਹਦਾ ਉਹਨਾਂ ਨੇ ਕਦਮ ਚੁੱਕੇ ਸੀਗੇ, ਇਹਨਾਂ ਨੂੰ ਉਸ ਗੱਲ ਨੂੰ ਮੁੱਖ ਰੱਖ ਕੇ ਫਰਾਕ ਦੇ ਲਈ ਦਿਖਾਉਣੀ ਚਾਹੀਦੀ ਸੀ, ਵਿਰੋਧ ਦੇ ਵਿੱਚ ਸ਼ਬਦ ਨਹੀਂ ਸੀ ਕਹਿਣੇ ਚਾਹੀਦੇ। ਪਰ ਹੁਣ ਤਾਂ ਉਸ ਗੱਲ ਤੇ ਆ ਗਏ ਨੇ ਬਲਟੋਹਾ ਸਾਹਿਬ, ਹੁਣ ਤਾਂ ਉਸ ਗੱਲ ਤੇ ਆਏ ਨੇ ਰਵਨੀਤ ਬਿੱਟੂ ਕਿ ਮੈਂ ਵਿਰੋਧ ਨਹੀਂ ਕਰਾਂਗਾ। ਦੇਖੋ, ਮੈਂ ਇੱਕ ਬੇਨਤੀ ਕਰਾਂ ਜੀ, ਗੱਲ ਇਹਨਾਂ ਦੀ ਕਿਸਾਨੀ ਸੰਘਰਸ਼ ਵੇਲੇ ਦੀ ਵੀ ਯਾਦ ਕਰ ਲਓ, ਇਹਨਾਂ ਕਿਹਾ ਸੀਗਾ ਕਿ ਜੇ ਮੋਦੀ ਸਰਕਾਰ
ਕਾਨੂੰਨ ਵਾਪਸ ਲੈ ਲੈਂਦੀ ਹੈ ਤੇ ਮੈਂ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਪੰਜਾਬੀਆਂ ਨਾਲ ਵਾਅਦਾ ਕੀਤਾ ਸੀਗਾ ਕਿ ਮੈਂ ਅੜਿੱਕਾ ਨਹੀਂ ਬਣੂੰਗਾ ਜਾਂ ਮੈਂ ਵਿਰੋਧ ਨਹੀਂ ਕਰੂੰਗਾ। ਕੀ ਹਟ ਗਏ? ਚੰਗੀ ਗੱਲ ਆ, ਜੇ ਰੋਲ ਅਦਾ ਕਰ ਸਕਦੇ ਨੇ ਅਸੀਂ ਉਹਨੂੰ ਐਪਰੀਸ਼ੀਏਟ ਕਰਦੇ ਹਾਂ, ਉਹਦੀ ਸ਼ਲਾਘਾ ਕਰਦੇ ਹਾਂ। ਜਿਹੜਾ ਹੁਣ ਦਾ ਬਿਆਨ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕੀ ਲੱਗਦਾ ਕਿ ਇਹ ਪੋਜ਼ਿਟਿਵ ਬਿਆਨ ਹੈ? ਕਿਉਂਕਿ ਤੁਹਾਡੀ ਪਾਰਟੀ ਵੀ, ਅਕਾਲੀ ਦਲ ਵੀ ਤੇ ਤੁਸੀਂ ਵੀ ਲਗਾਤਾਰ ਇਸ ਗੱਲ ਦੇ ਹਾਮੀ ਹੋ ਕਿ ਜਿਹੜੇ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਕਾਨੂੰਨ ਮੁਤਾਬਕ ਬਾਹਰ ਆਉਣੇ ਚਾਹੀਦੇ ਨੇ। ਦੇਖੋ, ਮੈਨੂੰ ਇਸ ਸ਼ਬਦਾਂ ਦੇ ਵਿੱਚ ਕੁਝ ਨਜ਼ਰ ਆਉਂਦਾ ਹੋਵੇ ਨਾ ਤੇ ਮੈਂ ਤੁਹਾਡੇ ਇਸ ਚੈਨਲ ਤੇ ਉਹਦੀ ਸ਼ਲਾਘਾ ਵਾਲਾ ਮੈਂ ਉਹ ਸ਼ਬਦ ਵਰਤਾਂ ਕਿ ਜਿਹਦੇ ਨਾਲ ਉਹਦੀ ਵੀ ਰੂਹ ਖੁਸ਼ ਹੋ। ਪਰ ਉਹ ਸ਼ਬਦ ਤੇ ਉਹਦੇ ਇਹ ਨੇ ਕਿ ਜੇ ਭਾਰਤ ਸਰਕਾਰ ਚਾਹੂਗੀ ਤੇ ਮੈਂ ਵਿਰੋਧ ਨਹੀਂ ਕਰੂੰਗਾ। ਤੇ ਭਾਰਤ ਸਰਕਾਰ ਤੇ ਚਾਹੁੰਦੀ ਨਹੀਂ, ਪਰ ਭਾਰਤ ਸਰਕਾਰ ਨੇ ਤੇ ਇੱਥੋਂ ਤੱਕ ਜਵਾਬ ਦੇਤਾ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਆਪ ਬੰਦੀ ਸਿੱਖੋਂ ਕੀ ਰਿਹਾਈ ਕੀ ਬਾਤ ਮਤ ਕਰੇ। ਠੀਕ ਹੈ, ਹਾਂਜੀ। ਮਦਈ ਧਿਰ ਨਹੀਂ ਵੀ ਮੰਨਦੀ, ਜਿਹਨਾਂ ਦਾ ਕਤਲ ਹੋਇਆ ਉਹ ਨਹੀਂ ਵੀ ਮੰਨਦੇ ਤੇ ਇਹਦਾ ਮਤਲਬ ਇਹ ਥੋੜਾ ਹੈਗਾ ਕਿ ਸਰਕਾਰ ਰਿਹਾ ਨਹੀਂ ਕਰ ਸਕਦੀ। ਠੀਕ ਹੈ, ਤੇ ਤੁਸੀਂ ਜਿਹੜੀ ਗੱਲ ਕਹਿਣਾ ਚਾਹ ਰਹੇ ਸੀ ਕਿ ਬੀਜੇਪੀ ਦੇ ਨਾਲ ਤੁਹਾਡਾ ਗੱਠਜੋੜ ਨਾ ਹੋਣ ਦਾ ਵੀ ਇਹ ਵੱਡਾ ਕਾਰਨ ਰਿਹਾ? ਸਾਡੀ ਚੋਣਾਂ ਤੋਂ ਪਹਿਲਾਂ ਗੱਠਜੋੜ ਨੂੰ ਲੈ ਕੇ ਗੱਲ ਚੱਲੀ ਸੀਗੀ, ਔਰ ਕਿਉਂਕਿ ਕੱਲ ਹੀ ਇਹਨਾਂ ਗੱਲਾਂ ਦਾ ਪਤਾ ਲੱਗਾ, ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਉਹ ਸਾਰਾ ਕੁਛ ਸਾਹਮਣੇ ਪੇਸ਼ ਕੀਤਾ ਕਿ ਬੀਜੇਪੀ ਦੇ ਨਾਲ ਸਾਡੀ ਗੱਲਬਾਤ ਨੇਪਰੇ ਕਿਉਂ ਨਹੀਂ ਚੜੀ। ਉਹਨਾਂ ਕਿਹਾ ਕਿ ਅਮਿਤ ਸ਼ਾਹ ਨੇ ਜਦੋਂ ਅਸੀਂ ਗੱਲ ਕੀਤੀ ਕਿ ਸਾਡੇ ਪੰਥ ਦੇ ਮਸਲੇ ਨੇ ਤੇ ਬੰਦੀ ਸਿੰਘਾਂ ਦੇ ਮਸਲੇ ਨੇ, ਉਹ ਕਹਿੰਦੇ ਜੀ ਬੰਦੀ ਸਿੱਖੋ ਮਤ ਕਰੇ ਜੇ ਹਮ ਨਹੀਂ ਸੁਣੇਗੇ। ਔਰ ਇੱਥੋਂ ਤੱਕ ਵੀ ਨਾਲ ਗਿਆ ਕਿ ਜੇਕਰ ਗੱਠਜੋੜ ਹੋਤਾ ਹੈ ਤੋ ਆਪਕੋ ਕਿਸਾਨੋ ਕੇ ਵਿਰੁੱਧ ਬੋਲਣਾ ਪੜੇਗਾ। ਦੋ ਗੱਲਾਂ ਨੂੰ ਲੈ ਕੇ ਪਾਰਟੀ ਨੇ ਸਟੈਂਡ ਲਿਆ, ਸਤਿਸ਼੍ਰੀ ਸਿੰਘ ਬਾਦਲ ਹੋਰਾਂ ਨੇ ਸਟੈਂਡ ਲਿਆ, ਸਾਡਾ ਤੇ ਉਹੀ ਹੈ, ਅਸੀਂ ਤੇ ਉੱਥੇ ਖੜੋਤੇ ਹਾਂ। ਤੇ ਜਿਹੜੇ ਸਾਨੂੰ ਇੱਥੋਂ ਤੱਕ ਕਹਿ ਸਕਦੇ ਆ ਵੀ ਗੱਲ ਹੀ ਨਹੀਂ ਕਰਨੀ। ਠੀਕ ਹੈ ਵਲਟੋਆ ਸਾਹਿਬ, ਮੈਂ ਤੁਹਾਨੂੰ ਰੋਕ ਰਿਹਾ ਕਿਉਂਕਿ ਸਾਡੇ ਨਾਲ ਵਿਨੀਤ ਜੋਸ਼ੀ ਵੀ ਜੁੜ ਰਹੇ ਨੇ ਤੇ ਗੁਰਕੀਰਤ ਸਿੰਘ ਕੋਟਲੀ ਵੀ ਜੁੜ ਰਹੇ ਨੇ, ਤੁਸੀਂ ਵੀ ਸਾਡੇ ਨਾਲ ਬਣੇ ਰਹੋ। ਵਿਨੀਤ ਜੀ ਸਵਾਗਤ ਹੈ ਤੁਹਾਡਾ, ਤੇ ਵਿਰਸਾ ਸਿੰਘ ਬਟੋਹਾ ਸਾਡੇ ਨਾਲ ਨੇ, ਉਹ ਕਹਿ ਰਹੇ ਨੇ ਕਿ ਰਵਨੀਤ ਸਿੰਘ ਬਿੱਟੂ ਦੀ ਸਟੇਟਮੈਂਟ ਦਾ ਕੋਈ ਅਰਥ ਨਹੀਂ ਹੈ ਕਿਉਂਕਿ ਜੇ ਸਰਕਾਰ ਚਾਹੇ ਉਦੋਂ ਹੀ ਹੋਏਗਾ, ਤੇ ਸਾਨੂੰ ਜਦੋਂ ਬੀਜੇਪੀ ਦੇ ਨਾਲ ਗੱਲ ਚੱਲ ਰਹੀ ਸੀ ਅਮਿਤ ਸ਼ਾਹ ਇਹ ਕਹਿ ਰਹੇ ਸੀ ਕਿ ਇਹ ਕਦੇ ਨਹੀਂ ਹੋ ਸਕਦਾ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਕੋਈ ਗੱਲ ਕਰੀਏ, ਨਾ ਤੁਸੀਂ ਸਾਡੇ ਨਾਲ ਇਹ ਗੱਲ ਕਰੋ ਜੀ। ਸਭ ਤੋਂ ਪਹਿਲੇ ਸਾਨੂੰ ਬਹੁਤ ਦੁੱਖ ਹੈ ਕਿ ਖਡੂਰ ਸਾਹਿਬ ਦੇ ਅੰਦਰ ਵਲਟੋਹਾ ਜੀ ਚੋਣਾਂ ਹਾਰ ਗਏ ਜੀ, ਔਰ ਅਕਾਲੀ ਦਲ ਦਾ ਇਹ ਰੂਪ ਦੇਖ ਕੇ ਵੀ ਬੜਾ ਸਾਨੂੰ ਬੁਰਾ ਲੱਗਦਾ। 10-15 ਸਾਲ ਅਸੀਂ ਇਕੱਠੇ ਸਾਂਝਾ ਰਾਜ ਵੀ ਕੀਤਾ ਸੀਗਾ। ਰਵਨੀਤ ਬਿੱਟੂ ਜੀ ਦੇ ਦਾਦਾ ਜੀ ਆਤੰਕਵਾਦ ਦੇ ਖਿਲਾਫ ਇੱਕ ਸਿੰਬਲ ਦੇ ਤੌਰ ਤੇ ਉਭਰੇ ਸੀਗੇ ਪੰਜਾਬ ਦੇ ਅੰਦਰ। ਜਦ ਸ਼ਾਮੀ ਸੂਰਜ ਛੁੱਪਣ ਤੋਂ ਬਾਅਦ ਥਾਣੇ ਦੇ ਅੰਦਰ ਪੁਲਿਸ ਆਪਣੇ ਆਪ ਨੂੰ ਬੰਦ ਕਰ ਲੈਂਦੀ ਸੀਗੀ ਔਰ ਬਾਕੀ ਪੰਜਾਬ ਨੂੰ ਆਤੰਕਵਾਦੀਆਂ ਦੇ ਹਵਾਲੇ ਛੱਡ ਦਿੰਦੀ ਸੀਗੀ। ਜਿਹੜੇ ਕੋਰਟਾਂ ਦੇ ਜੱਜ ਸੀਗੇ, ਜਦ ਉਹਨਾਂ ਦੇ ਅੱਗੇ ਆਤੰਕਵਾਦੀ ਖਾੜਕੂਆਂ ਨੂੰ ਪੇਸ਼ ਕੀਤਾ ਜਾਂਦਾ ਸੀ ਉਹ ਜੱਜਮੈਂਟ ਦੇਣ ਤੋਂ ਡਰਦੇ ਸੀਗੇ ਉਹ। ਔਰ ਜਦ ਪੰਜਾਬ ਦੇ ਅੰਦਰ ਮੋਟਰਸਾਈਕਲ ਬੁਲਟ ਬੈਨ ਹੁੰਦਾ ਸੀ, ਗੱਲ ਤਾਂ ਖਤਮ ਹੋ ਲੈਂਦੋ, ਸਕੂਟਰਾਂ ਦੀ ਡਬਲ ਰਾਈਡਿੰਗ ਬੈਨ ਸੀਗੀ
ਉਹ ਹਾਲਾਤ ਜਿਹੜਾ ਸੀਗਾ ਉਸ ਹਾਲਾਤਾਂ ਦੇ ਅੰਦਰ ਜਿਸ ਬੰਦੇ ਨੇ ਪੰਜਾਬ ਨੂੰ ਮੁਕਤੀ ਦਵਾਈ ਉਹ ਸਰਦਾਰ ਬੇਅੰਤ ਸਿੰਘ ਸੀਗੇ। ਹੁਣ ਸਰਦਾਰ ਬੇਅੰਤ ਸਿੰਘ ਦੇ ਜਦ ਰਾਜੋਆਨੇ ਦਾ ਕੇਸ ਆਉਂਦਾ ਸੀਗਾ ਤੇ ਸਰਦਾਰ ਬੇਅੰਤ ਸਿੰਘ ਦੀ ਫੈਮਿਲੀ ਜਿਹੜੀ ਉਸ ਓਬਜੈਕਸ਼ਨ ਚੱਕਦੀ ਸੀ ਰਵਨੀਤ ਬਿੱਟੂ ਉਸ 'ਚ ਬਹੁਤ ਵੋਕਲ ਹੋ ਕੇ ਬੋਲਦੀ ਸੀ। ਹੁਣ ਰਵਨੀਤ ਬਿੱਟੂ ਜੀ ਨੇ ਆਪਣੀ ਮਨ ਦੀ ਇੱਕ ਗੱਲ ਰੱਖੀ ਕਿ ਮੈਂ ਇਹਦੇ ਉੱਪਰ ਕੋਈ ਰੋਕ ਨਹੀਂ ਲਗਾਊਂਗਾ, ਮੈਂ ਇਹਦੇ ਉੱਪਰ ਕੋਈ ਓਬਜੈਕਸ਼ਨ ਨਹੀਂ ਕਰੂੰਗਾ। ਪੰਜਾਬ ਬੀਜੇਪੀ ਦਾ ਵੀ ਛੋਟਾ ਜਿਹਾ ਸਟੈਂਡ ਕਲੀਅਰ ਕਰ ਦਿਓ ਅਵਨੀਤ ਜੋਸ਼ੀ ਜੀ, ਫਟਾਫਟ ਅਸੀਂ ਗੁਰਕੀਰਤ ਕੌਰ ਜੀ ਕੋਲ ਜਾਣਾ ਜੀ। ਪੰਜਾਬ ਭਾਜਪਾ ਦਾ ਸਟੈਂਡ ਤਾਂ ਸਾਡੇ ਪ੍ਰਧਾਨ ਸਾਹਿਬ ਜਾਖੜ ਸਾਹਿਬ ਕਲੀਅਰ ਕਰਨਗੇ, ਲੇਕਿਨ ਇਹ ਬਿੱਟੂ ਜੀ ਜਿਹੜੇ ਬਤੌਰ ਬੇਅੰਤ ਸਿੰਘ ਦੇ ਪੋਤੇ ਦੇ ਨਾਂ ਤੇ ਸੀਗੇ ਓਬਜੈਕਸ਼ਨ ਕਰਦੇ ਸੀਗੇ, ਸਿਆਸੀ ਨੇਤਾ ਵੀ ਹੈ, ਇਹ ਉਹਨਾਂ ਦਾ ਹੈ ਸਟੇਟਮੈਂਟ। ਰਵਨੀਤ ਬਿੱਟੂ ਦੀ ਇਹ ਸਟੇਟਮੈਂਟ ਕਿ ਮੈਂ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਾਂਗਾ, ਤੁਸੀਂ ਵੀ ਇਤਫਾਕ ਰੱਖਦੇ ਹੋ ਪਰਿਵਾਰਕ ਮੈਂਬਰ ਹੋਣ ਦੇ ਨਾਤੇ ਇਸ ਦੇ ਨਾਲ? ਦੇਖੋ ਪਹਿਲਾਂ ਤਾਂ ਮੈਂ ਸੁਣ ਰਿਹਾ ਸੀਗਾ ਕਿ ਸ਼ੁਕਰ ਆ ਪਹਿਲੀ ਗੱਲ ਕਿ ਬੀਜੇਪੀ ਵਾਲਿਆਂ ਨੂੰ ਸਰਦਾਰ ਬੇਅੰਤ ਸਿੰਘ ਜੀ ਦੀ ਯਾਦ ਆਈ ਆ, ਉਹਨਾਂ ਨੂੰ ਵੀ ਉਹ ਜਿਹੜੇ ਭਿਆਨਕ ਸਮਾਂ ਸੀ ਪੰਜਾਬ ਦਾ ਉਹ ਅੱਜ ਇਹਨਾਂ ਨੂੰ ਯਾਦ ਆਉਣਾ ਸ਼ੁਰੂ ਹੋ ਗਿਆ। ਪੰਜਾਬ ਨੇ ਬੜਾ ਦੁਖਦਾਈ ਸਮਾਂ ਦੇਖਿਆ ਔਰ ਬੜੀਆਂ ਕੁਰਬਾਨੀਆਂ ਦੇ ਕੇ ਇਹ ਪੰਜਾਬ ਦੁਆਰਾ ਖੜਾ ਹੋਇਆ ਆਪਣੇ ਪੈਰਾਂ ਤੇ, ਅੱਜ ਪੂਰਨ ਅਮਨ ਸ਼ਾਂਤੀ ਹੈ। ਸੋ ਜਿੱਥੋਂ ਤੱਕ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ, ਮੈਂ ਬਤੌਰ ਐਮ ਐਲ ਏ ਵੀ ਔਰ ਬਤੌਰ ਮੰਤਰੀ ਹੁੰਦਿਆਂ ਵੀ ਇਹ ਗੱਲ ਦੁਹਰਾਉਂਦਾ ਰਿਹਾ ਕਿ ਸਾਨੂੰ ਕੋਈ ਇਹਦੇ 'ਚ ਇਤਰਾਜ਼ ਨਹੀਂ ਹੈਗਾ, ਠੀਕ ਹੈ, ਔਰ ਅਸੀਂ ਕਦੇ ਵੀ ਇਹਦੇ 'ਚ ਅੜਿੱਕਾ ਨਹੀਂ ਬਣੇ। ਔਰ ਠੀਕ ਹੈ, ਸਿਆਸਤ ਇੱਕ ਪਾਸੇ ਆ, ਜਾਣ ਬੁੱਝ ਕੇ ਦੂਸਰੀਆਂ ਪਾਰਟੀਆਂ ਇਸ ਨੂੰ ਉਛਾਲਦੀਆਂ ਰਹੀਆਂ ਨੇ, ਲੇਕਿਨ ਸਾਡਾ ਸਟੈਂਡ ਹਮੇਸ਼ਾ ਸਪਸ਼ਟ ਰਿਹਾ। ਪਰ ਲੇਕਿਨ ਇਹਦੇ ਨਾਲ ਨਾਲ ਪੰਜਾਬ ਦੀ ਜਿਹੜੀ ਲਾਅ ਐਂਡ ਆਰਡਰ ਸਿਚੁਏਸ਼ਨ ਆ ਜਾਂ ਅਮਨ ਸ਼ਾਂਤੀ ਆ, ਇਹ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਗਰ ਕੋਈ ਇਸ ਤਰ੍ਹਾਂ ਕੋਈ ਦੁਬਾਰਾ ਰਿਹਾ ਹੋ ਕੇ ਅਗਰ ਬਾਹਰ ਆ ਕੇ ਫਿਰ ਉਹੀ ਹਵਾ ਨੂੰ ਦੁਬਾਰਾ ਹਵਾ ਜਿਹੜੀ ਆ ਦੁਬਾਰਾ ਉਸਨੂੰ ਅੱਗੇ ਵਧਾਉਂਦੇ ਨੇ ਤਾਂ ਫਿਰ ਉਹਦੇ ਨਾਲ ਪੰਜਾਬ ਪਰ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਜੇ ਉਹ ਬਾਹਰ ਆਉਂਦੇ ਨੇ ਤੁਹਾਨੂੰ ਕੋਈ ਇਤਰਾਜ਼ ਨਹੀਂ, ਠੀਕ ਹੈ ਕੋਟਲੀ ਸਾਹਿਬ, ਇਹੀ ਗੱਲ ਹੈ? ਪਹਿਲੇ ਦਿਨ ਤੋਂ ਸਟੈਂਡ ਸੀ, ਅੱਜ ਕੋਈ ਨਵੀਂ ਗੱਲ ਨਹੀਂ ਕਰ ਰਿਹਾ, ਠੀਕ ਹੈ। ਵਲਟੋਹਾ ਸਾਹਿਬ ਵੀ ਸਾਡੇ ਨਾਲ ਨੇ, ਵਲਟੋਹਾ ਸਾਹਿਬ ਬੇਅੰਤ ਸਿੰਘ ਦਾ ਪਰਿਵਾਰ ਸਾਡੇ ਨਾਲ ਹੈ, ਗੁਰਕੀਰਤ ਕੋਟਲੀ ਨਾਲ ਨੇ, ਪਰ ਤੁਸੀਂ ਕਹਿ ਰਹੇ ਸੀਗੇ ਕਿ ਜਿਹੜਾ ਇਹਨਾਂ ਦੇ ਬਿਆਨ ਦੇ ਨਾਲ ਜਾਂ ਰਵਨੀਤ ਬਿੱਟੂ ਦੇ ਬਿਆਨ ਦੇ ਨਾਲ ਕੋਈ ਫਰਕ ਨਹੀਂ ਪੈਣਾ, ਪਰ ਫਿਰ ਵੀ ਜੇ ਪਰਿਵਾਰ ਕਹਿੰਦਾ ਤਾਂ ਅਸਰ ਤਾਂ ਰੱਖਦਾ ਹੈ। ਬਲਟੋਆ ਸਾਹਿਬ, ਮੈਨੂੰ ਨਾ ਜੀ ਗੁਰਕੀਰਤ ਹੋਰਾਂ ਦੀ ਆਵਾਜ਼ ਨਹੀਂ ਆਈ ਪੂਰੀ, ਕੀ ਕਿਹਾ ਉਹਨਾਂ ਨੇ? ਗੁਰਕੀਰਤ ਸਿੰਘ ਕੋਟਲੀ ਕਹਿੰਦੇ ਨੇ ਪਹਿਲੇ ਦਿਨ ਤੋਂ ਸਾਡਾ ਸਟੈਂਡ ਇਹੀ ਹੈ ਕਿ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹ ਬਾਹਰ ਆ ਸਕਦੇ ਨੇ, ਪਰ ਇੱਕ ਗੱਲ ਇਹ ਵੀ ਦੇਖਣੀ ਪਵੇਗੀ ਕਿ ਪੰਜਾਬ ਦਾ ਮਾਹੌਲ ਦੁਬਾਰਾ ਤੋਂ ਨਾ ਖਰਾਬ ਹੋਵੇ। ਦੇਖੋ ਮੈਂ ਮੋਟੀ ਜੀ ਗੱਲ ਕਰਾਂ ਕਿ ਗੁਰਕੀਰਤ ਕੋਟਲੀ ਹੋਰਾਂ ਦੀ ਜਿਹੜੀ ਗੱਲ ਹੈ ਬਿਲਕੁਲ ਉਹ ਜਵਾਜ਼ਬ ਹੈ, ਔਰ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਿ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹ ਰਿਹਾ ਹੋਣੇ ਚਾਹੀਦੇ ਹੈ, ਤੇ ਪਰ ਰੱਟਾ ਤੇ ਇਹੀ ਹੈ ਕਿ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਦੂਣੀਆਂ ਕੱਟਣ ਦੇ ਬਾਵਜੂਦ ਰਿਹਾ ਨਹੀਂ ਕੀਤੇ ਜਾ ਰਹੇ, ਇਹ ਬੇਇਨਸਾਫੀ ਹੋ ਰਹੀ ਹੈ। ਔਰ ਦੂਸਰੀ ਗੱਲ ਜਿਹੜੀ ਹੈ ਕਿ ਇਹ ਗੱਲ ਆਪਾਂ ਗੱਲ ਕਰ ਰਹੇ ਨੇ ਸਰ ਰਣਵੀਰ ਸਿੰਘ ਬਿੱਟੂ ਹੋਰਾਂ ਦੀ ਕਿ ਉਹ ਕਹਿੰਦੇ ਹੈ ਕਿ ਜੇ ਭਾਰਤ ਸਰਕਾਰ ਚਾਹੇਗੀ ਤੇ ਮੈਂ ਵਿਰੋਧ ਨਹੀਂ ਕਰਾਂਗਾ। ਮੈਂ ਮੁੱਢ ਜੀ ਗੱਲ ਦੱਸਦਾ, ਇਹ ਸਾਡੇ ਦੇਸ਼ ਦਾ ਕਾਨੂੰਨ ਹੈ ਕਿ ਜਦੋਂ ਕੋਈ ਸਜ਼ਾ ਕਿਸੇ ਨੂੰ ਹੋ ਜਾਂਦੀ ਹੈ, ਸਜ਼ਾ ਪੂਰੀ ਕਰ ਲੈਂਦਾ ਤੇ ਫਿਰ ਮਦਈ ਦਾ ਨਹੀਂ ਹੈਗਾ ਜੀ, ਉਹ ਕਾਨੂੰਨ ਦੇ ਅਨੁਸਾਰ ਉਹਦੀ ਰਿਹਾਈ ਹੁੰਦੀ ਹੈ। ਇੱਥੇ ਕਾਨੂੰਨ ਦੇ ਨਾਂ ਤੇ ਵੀ ਬੇਇਨਸਾਫੀ ਕੀਤੀ ਜਾ ਰਹੀ ਹੈ, ਔਰ ਭਾਰਤ ਦੀ ਸਰਕਾਰ ਇੱਕ ਕਮਿਊਨਿਟੀ ਨੂੰ ਇਹ ਕਹਿੰਦੀ ਹੈ ਕਿ ਭਾਈ ਤੁਸੀਂ ਬੰਦੀ ਸਿੱਖਾਂ ਦੀ ਰਿਹਾਈ ਦੀ ਗੱਲ ਵੀ ਨਹੀਂ ਕਰਨੀ ਸਾਡੇ ਕੋਲੇ, ਤੇ ਦੱਸੋ ਉੱਥੇ ਕਰਾਂਗੇ ਕੀ? ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਕਮੇਟੀ ਬਣਾਈ 5 ਮੈਂਬਰੀ,
ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਭਾਰਤ ਸਰਕਾਰ ਨਾਲ ਗੱਲ ਕਰਨ ਵਾਸਤੇ। ਗੁਰਪ੍ਰੀਤ ਕੋਟਲੀ ਜੀ, ਵਲਟੋ ਸਾਹਿਬ ਪਲੀਜ਼, ਕੋਟਲੀ ਸਾਹਿਬ, ਜਿਹੜੀ ਗੱਲ ਹੋ ਰਹੀ ਹੈ ਰਵਨੀਤ ਬਿੱਟੂ ਦੇ ਮਾਮਲੇ ਦੇ ਵਿੱਚ ਕਿ ਉਹ ਕਹਿੰਦੇ ਕਿ ਮੈਂ ਵਿਰੋਧ ਨਹੀਂ ਕਰਾਂਗਾ, ਤੁਸੀਂ ਕਹਿ ਰਹੇ ਹੋ ਕਿ ਸਾਡਾ ਵੀ ਸਟੈਂਡ ਸਪਸ਼ਟ ਹੈ ਕਿ ਬਾਹਰ ਆਉਣ ਸਾਨੂੰ ਕੋਈ ਇਤਰਾਜ਼ ਨਹੀਂ, ਕੋਈ ਹੱਕ ਦੀ ਗੱਲ ਵੀ ਕਰ ਸਕਦੇ ਹੋ ਕਿ ਇਸ ਤਰ੍ਹਾਂ ਦੀ ਮੰਗ ਵੀ ਕਰ ਸਕਦਾ ਪਰਿਵਾਰ ਕਿ ਬਾਹਰ ਆ ਜਾਣਾ ਚਾਹੀਦਾ ਉਹਨਾਂ ਨੂੰ? ਇੱਕ ਤਾਂ ਹੈ ਕਿ ਅੜਿੱਕਾ ਨਹੀਂ ਪਾਉਣਾ, ਇੱਕ ਸੈਕਿੰਡ ਇਹ ਹੈ ਕਿ ਤੁਸੀਂ ਵੀ ਮੰਗ ਕਰਦੇ ਹੋ, ਜਿਵੇਂ ਅਕਾਲੀ ਦਲ ਮੰਗ ਕਰ ਰਿਹਾ ਹੈ, ਪੰਥਕ ਧਿਰਾਂ ਮੰਗ ਕਰ ਰਹੀਆਂ ਨੇ, ਤਾਂ ਤੁਹਾਡੀ ਵੀ ਇਸ ਤਰ੍ਹਾਂ ਦੀ ਕੋਈ ਮੰਗ ਹੋ ਸਕਦੀ ਹੈ? ਸਾਡੀ ਤਾਂ ਇਹੀ ਮੰਗ ਆ ਕਿ ਇਹ ਜਿਹੜੇ ਲੋਕ ਅੱਜ ਸਜ਼ਾਵਾਂ ਜਿਹੜੇ ਜ਼ਿਆਦਾ ਪੂਰੀਆਂ ਹੋ ਗਈਆਂ ਜਾਂ ਉਹ ਸਜ਼ਾਵਾਂ ਕੱਟ ਰਹੇ ਨੇ, ਅਗਰ ਉਹ ਜਿਹਨਾਂ ਕਾਰਨਾਂ ਕਰਕੇ ਉਹਨਾਂ ਨੂੰ ਸਜ਼ਾਵਾਂ ਹੋਈਆਂ ਨੇ ਜੀ, ਅਗਰ ਉਸੇ ਤਰ੍ਹਾਂ ਦੁਬਾਰਾ ਇੱਥੇ ਅੱਜ ਫੇਰ ਉਹੀ ਗਤੀਵਿਧੀਆਂ ਜਾਂ ਉਸੇ ਕਾਰਵਾਈਆਂ ਨੂੰ ਅੰਜਾਮ ਦੇਣਾ, ਫੇਰ ਤਾਂ ਦੇਖੋ ਕੋਈ ਇਹਦੇ ਚ ਅਸੀਂ ਰਿਸਕ ਨਹੀਂ ਲੈਣਾ ਚਾਹੁੰਦੇ, ਪੰਜਾਬ ਦੀ ਅਮਨ ਸ਼ਾਂਤੀ ਨਾਲ ਕੋਈ ਸਮਝੌਤਾ ਨਹੀਂ। ਲੇਕਿਨ ਅਗਰ ਕੋਈ ਦੇਸ਼ ਦੇ ਕਾਨੂੰਨ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਅਮਨ ਅਮਾਨ ਦੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਨੇ, ਤਾਂ ਉਹਦੇ ਚ ਜੇ ਅਸੀਂ ਮੰਗ ਵੀ ਕਰ ਸਕਾਂਗੇ ਤਾਂ ਕੋਈ ਸਾਨੂੰ ਇਤਰਾਜ਼ ਨਹੀਂ। ਸਾਹਿਬ, ਇਸ ਗੱਲ ਦੀ ਕੋਈ ਗਵਾਹੀ ਭਰੇਗਾ, ਤੁਸੀਂ ਭਰੋਗੇ ਕਿ ਜਿਹੜੇ ਬੰਦੀ ਸਿੰਘ ਨੇ ਉਹ ਬਾਹਰ ਆ ਕੇ ਮੁੱਖ ਧਾਰਾ ਦੇ ਵਿੱਚ ਸ਼ਾਮਿਲ ਹੋਣਗੇ, ਇਸ ਤਰ੍ਹਾਂ ਦੀ ਕੋਈ ਪਹਿਲਾਂ ਵਰਗੀ ਗੱਲ ਨਹੀਂ ਹੋਵੇਗੀ, ਲਹਿਰ ਜਿਹੜੀ ਆ ਸੀ ਸਮਾਪਤ ਹੋ ਚੁੱਕੀ ਆ? ਦੇਖੋ, ਸਭ ਤੋਂ ਪਹਿਲੀ ਗੱਲ ਹੁੰਦੀ ਹੈ ਕਿ ਜੇਲ੍ਹ ਦੇ ਅੰਦਰ ਹੁੰਦਾ ਆ ਕੰਡਕਟ ਜੀ, ਕਿ ਕੈਦੀ ਦਾ ਕੰਡਕਟ ਕਿਸ ਤਰ੍ਹਾਂ ਦਾ ਆ, ਉਹ ਰਿਕਾਰਡ ਬਣਦਾ ਆ। ਦੂਸਰਾ ਇਹ ਆ ਕਿ ਇਹ ਜਿਹੜੇ ਕਾਫੀ ਸਿੰਘ ਨੇ ਜਿਹੜੇ ਪੈਰੋਲ ਕੱਟ ਰਹੇ ਨੇ ਲਗਾਤਾਰ ਜੀ, ਜੇ ਉਹ ਪੈਰੋਲ ਨਿਯਮਾਂ ਅਨੁਸਾਰ ਕੱਟ ਰਹੇ ਨੇ, ਕਿਸੇ ਤਰ੍ਹਾਂ ਦਾ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇ ਰਹੇ ਜੀ, ਜੇ ਉਹਨਾਂ ਨੇ ਕਿਸੇ ਤਰ੍ਹਾਂ ਦੇ ਕ੍ਰਾਈਮ 'ਚ ਸ਼ਾਮਿਲ ਹੋਣਾ ਹੈ ਤੇ ਉਹ ਵਾਪਸ ਜੇਲ੍ਹ 'ਚ ਹੀ ਨਾ ਜਾਣ ਜੀ, ਉਹ ਪੈਰੋਲ ਹੀ ਜਿਹੜੀ ਹੈ ਜੰਪ ਕਰ ਜਾਣ। ਕਿਉਂਕਿ ਜੇ ਪੋਲੀਟੀਕਲ ਪਾਰਟੀਆਂ ਪੰਜਾਬ ਦੀਆਂ, ਜਿਵੇਂ ਹੁਣ ਕਾਂਗਰਸ ਪਾਰਟੀ ਤੋਂ ਗੁਰਕੀਰਤ ਸਿੰਘ ਕੋਟਲੀ ਨੇ, ਅਕਾਲੀ ਦਲ ਤੋਂ ਤੁਸੀਂ ਹੋ, ਵਿਨੀਤ ਜੀ ਤੁਹਾਡਾ ਵੀ ਇੱਕ ਰੁੱਖ ਕਰਾਂਗੇ ਅਸੀਂ ਕਿ ਪਾਰਟੀ ਪੱਧਰ ਤੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਹੋ ਸਕਦੀ ਹੈ, ਕਿਉਂਕਿ ਤੁਸੀਂ ਵੀ ਪੰਜਾਬ ਦੀ ਗੱਲ ਕਰਦੇ ਹੋ, ਤੁਸੀਂ ਵੀ ਅਲੱਗ ਤੌਰ ਤੇ ਇਸ ਵਾਰ ਲੋਕ ਸਭਾ ਚੋਣ ਲੜੀ, ਅੱਗੇ ਵੀ ਹੋ ਸਕਦਾ ਕਿ ਆਪਣੇ ਸਾਰੇ ਉਮੀਦਵਾਰ ਤੁਸੀਂ ਉਤਾਰੋ, ਤੇ ਬਹੁਤ ਸਾਰੇ ਸਿੱਖ ਚਿਹਰੇ ਵੀ ਹੁਣ ਬੀਜੇਪੀ ਦੇ ਵਿੱਚ ਸ਼ਾਮਿਲ ਨੇ? ਦੇਖੋ, ਬੰਦੀ ਸਿੰਘਾਂ ਦੇ ਮਾਮਲੇ 'ਚ ਅਸੀਂ ਬੜੇ ਕਲੀਅਰ ਹਾਂ, ਕਾਨੂੰਨ ਆਪਣਾ ਕੰਮ ਕਰੇਗਾ, ਕਾਨੂੰਨ ਅਨੁਸਾਰ ਕੰਮ ਹੋਏਗਾ। ਜੇ ਵਲਟੋਹਾ ਸਾਹਿਬ ਨੂੰ ਲੱਗਦਾ ਕੁਛ ਗਲਤ ਹੋ ਰਿਹਾ ਹੈ ਤੇ ਕਾਨੂੰਨੀ ਰਾਹ ਅਡੋਪਟ ਕਰ ਸਕਦੇ, ਉਹ ਫੈਮਿਲੀ ਅਡੋਪਟ ਕਰ ਸਕਦੀਆਂ। ਪਰ ਮੈਂ ਇੱਕ ਗੱਲ ਕਹਿਣਾ ਚਾਹੂੰਗਾ, ਪੰਜਾਬ ਦੇ ਅੰਦਰ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਪਰ ਲਗਾਤਾਰ ਅਕਾਲੀ ਦਲ ਪੰਥਕ ਪਾਰਟੀ ਕਵਾ ਕੇ ਆਪਣੀ ਆਵਾਜ਼ ਬੁਲੰਦ ਕਰਦੀ ਹੈ। ਵਲਟੋਹਾ ਜੀ ਇਸ ਮਾਮਲੇ ਸਭ ਤੋਂ ਅੱਗੇ ਰਹਿੰਦੇ ਨੇ, ਪਰ ਵਲਟੋਹਾ ਜੀ ਕੀ ਕਾਰਨ ਹੈ ਕਿ ਤੁਹਾਡੇ ਜਿੱਥੋਂ ਤੁਸੀਂ ਚੋਣ ਲੜੀ ਤੁਹਾਨੂੰ ਇਕੱਲੀ 86,000 ਹੀ ਵੋਟ ਪਈ, ਤੁਹਾਨੂੰ ਲੋਕਾਂ ਨੇ ਤੁਹਾਡੀ ਗੱਲ ਨੂੰ ਪ੍ਰਵਾਨ ਹੀ ਨਹੀਂ ਕੀਤਾ, ਤੁਹਾਡੀ ਗੱਲ ਨੂੰ ਸੁਣਿਆ ਨਹੀਂ? ਇੰਨਾ ਹੀ ਨਹੀਂ ਹੈ, ਪੂਰੇ ਪੰਜਾਬ ਦੇ ਅੰਦਰ ਵੀ ਇੱਕ ਲੋਕ ਸਭਾ ਛੱਡ ਤੋਂ 12 ਲੋਕ ਸਭਾ ਦੇ ਅੰਦਰ ਜਿਹੜੀ ਹੈਗੀ ਹੈ ਪਿਛਲੇ ਹਿਸਾਬ ਦੇ ਨਾਲ ਦੇ ਵੋਟ ਸ਼ੇਅਰ ਵੀ ਘੱਟ ਗਿਆ ਸ਼੍ਰੋਮਣੀ ਅਕਾਲੀ ਦਲ ਦਾ, ਤੇ ਕਿਤੇ ਨਾ ਕਿਤੇ ਇਹਨਾਂ ਦੀ ਇਹੋ ਜਿਹੀ ਗੱਲਾਂ ਜਿਹੜੀਆਂ ਕਾਨੂੰਨ ਸੰਗਤ ਨਹੀਂ ਹੈ, ਉਹਨਾਂ ਗੱਲਾਂ ਕਰਕੇ ਹੀ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦਾ ਆਪ ਸਿੱਖ ਸਮਾਜ ਹੀ ਡਿਸਕਾਰਡ ਕਰ ਰਿਹਾ। ਤੁਹਾਨੂੰ ਕੀ ਲੱਗਦਾ ਕਿ ਪੰਜਾਬ ਜਿਹੜੇ ਗੱਲ ਕਰਦੇ ਨੇ ਉਹ ਸਹੀ ਨਹੀਂ ਹੈ, ਫਿਰ ਇਹ ਲੱਗਦਾ ਇਸ ਕਰਕੇ ਨਹੀਂ ਵੋਟਾਂ ਪਈਆਂ ਅਕਾਲੀ ਦਲ ਨੂੰ? ਵੀ ਨਹੀਂ, ਇਹਨੂੰ ਡਿਸਕਾਰਡ ਕਰ ਰਹੇ ਨੇ ਜੀ, ਇਹਨਾਂ ਦੀ ਇਹੋ ਜਿਹੀ ਗੱਲਾਂ ਕਰਕੇ ਇਹਨਾਂ ਪੰਜਾਬੀ ਸਿੱਖ ਭਰਾਈ ਨੂੰ ਡਿਸਕਾਰਡ ਕਰਦੇ ਪਏ ਨੇ ਅਕਾਲੀ ਦਲ ਨੂੰ। ਪਰ ਪੰਜਾਬ ਦੇ ਵਿੱਚ ਦੋ ਸੀਟਾਂ ਜਿੰਨੀਆਂ ਨੇ ਵਿਨੀਤ ਜੋਸ਼ੀ ਜੀ ਜਿੱਤੀਆਂ ਨੇ, ਸੁਣੋ, ਚਾਹੇ ਉਹ ਅਮ੍ਰਿਤਪਾਲ ਸਿੰਘ ਆ ਚਾਹੇ ਉਹ ਸਰਬਜੀਤ ਸਿੰਘ ਖਾਲਸਾ ਹੈ। ਸੁਣੋ ਜੀ, ਉਹ ਇਹਨਾਂ ਦੇ ਅੰਦਰ ਨਹੀਂ ਗੱਲ ਦੇਖ ਰਹੇ ਨਾ, ਹੁਣ ਜਿਵੇਂ ਭਾਜਪਾ ਤੋਂ 68 ਅਸੈਂਬਲੀ ਚ ਸ਼੍ਰੋਮਣੀ ਅਕਾਲੀ ਦਲ ਪਿੱਛੇ ਚਲ ਗਿਆ, ਹਾਂ ਦੇਖੋ ਨਾ, ਕਦੀ ਸਾਡੇ ਤੋਂ ਸੀਨੀਅਰ ਹੁੰਦਾ ਸੀ, ਹੁਣ ਸਾਡੇ ਤੋਂ ਪਿੱਛੇ ਚਲਾ ਗਿਆ 68 ਅਸੈਂਬਲੀ ਚ ਪੰਜਾਬ ਦੇ ਅੰਦਰ, 49 ਚ ਬੀਜੇਪੀ ਤੋਂ ਅੱਗੇ ਅਕਾਲੀ ਦਲ, ਉਹਦੇ ਤਾਂ ਹੋਰ ਕਾਰਨ ਹੋ ਸਕਦੇ ਨੇ ਜੋਸ਼ੀ ਜੀ, ਮੈਨੂੰ ਲੱਗਦਾ ਕਾਰਨ ਕੀ ਵੋਟਾਂ ਹੀ ਕਾਰਨ, ਵੋਟਾਂ ਹੀ ਮਾਪਦੰਡ ਨਹੀਂ ਹੈ ਕਿ ਇਹ ਪੰਥਕ ਮੁੱਦੇ ਤੁਸੀਂ ਚੁੱਕੇ ਤਾਂ ਅਕਾਲੀ ਦਲ ਪਿੱਛੇ ਚਲੇ ਗਿਆ ਜਾਂ ਕੋਈ ਹੋਰ ਕਾਰਨ? ਵੀਰ ਜੀ ਮੇਰੀ ਗੱਲ ਤਾਂ ਸੁਣ ਲਓ, ਜਾਂ ਤੁਸੀਂ ਬੋਲੋ ਜਾਂ ਮੈਂ ਬੋਲਦਾ। ਪਲੀਜ਼ ਬਲਟੋਹਾ ਸਾਹਿਬ, ਤੁਹਾਡਾ ਇੱਕ ਰਿਐਕਸ਼ਨ ਤਾਂ ਲੈ ਲਈ ਨਾ ਤੁਹਾਡੀ ਗੱਲ ਤੇ, ਸੁਣ ਤੋ ਲਾ ਮੈਨੂੰ, ਤੁਸੀਂ ਲੋਕ ਸਭਾ ਚੋਣਾਂ ਨਾਲ ਜੋੜ ਰਹੇ ਹੋ, ਅਸੀਂ ਰਵਨੀਤ ਸਿੰਘ ਬਿੱਟੂ ਦੇ ਬਿਆਨ ਦੀ ਗੱਲ ਕਰ ਰਹੇ ਹਾਂ, ਬੁਲਾਇਆ ਵੀ ਨਾ ਕਰੋ,
ਇਹ ਬੋਲਣ ਨਹੀਂ ਦੇਣਾ, ਬੁਲਾਇਆ ਨਾ, ਟੋਕਿਆ ਨਾ ਕਰੋ ਵਿੱਚ। ਮੈਂ ਤੁਹਾਡੀ ਗੱਲ ਸੁਣਨੀ ਆ, ਤੁਹਾਡੇ ਕੁਐਸਚਨ ਦਾ ਆਨਸਰ ਦੇਣਾ ਹੈ ਲੋਕਾਂ ਚ ਵਿੱਚ। ਮੈਨੂੰ ਨਿਊਜ਼ 18 ਤੇ ਆਉਣ ਦਾ ਬੜਾ ਸ਼ੌਕ ਵੀ ਨਾ, ਬੁਲਾਇਆ ਵੀ ਨਾ ਕਰੋ, ਬੋਲਣ ਨਹੀਂ ਦੇਣਾ ਵਿੱਚ। ਮਨੀਸ਼ ਜੀ ਮੇਰੀ ਗੱਲ ਸੁਣੋ, ਨਹੀਂ ਬਟੋਹਾ ਸਾਹਿਬ ਵੀ ਰੁਕੋ, ਇਹ ਤੁਹਾਡੇ ਨਾਲ ਵੀ ਕਰਦੇ ਨੇ, ਸਾਰੇ ਨਾਲ ਕਰਦੇ ਨੇ। ਮਨੀਸ਼ ਜੀ ਗੱਲ ਇਹ ਹੈ ਕਿ ਅਸੀਂ ਲੋਕ ਸਭਾ ਚੋਣਾਂ ਦੇ ਰਿਜ਼ਲਟ ਦੀ ਗੱਲ ਨਹੀਂ ਕਰ ਰਹੇ, ਅਸੀਂ ਰਵਨੀਤ ਸਿੰਘ ਬਿੱਟੂ ਦੇ ਬਿਆਨ ਦੀ ਗੱਲ ਕਰ ਰਹੇ ਹਾਂ। ਕਰਨਾ ਨਹੀਂ ਆਂਦਾ ਮੇਰੇ ਹੰਕਾਰ ਆ ਗਏ ਨੇ ਵਿੱਚ, ਕੱਲ ਦੇ ਬੱਚੇ ਸਾਨੂੰ ਸਮਝਾਉਣਗੇ। ਤੁਸੀਂ ਵਨੀਤ ਜੀ ਆਪਣੀ ਭਾਸ਼ਾ ਨੂੰ ਮਰਿਆਦਾ ਚ ਰੱਖੋ ਜੀ। ਮੈਂ ਮਰਿਆਦਾ ਤੁਸੀਂ ਕੋ ਟੋਕਦੇ ਵਿੱਚ, ਮੈਨੂੰ ਬੋਲਣ ਕਿਉਂ ਦਿੰਦੇ ਫਿਰ? ਕਿਸੇ ਦੀ ਗੱਲ ਨਹੀਂ ਰੱਖੀ ਜਾਵੇਗੀ ਵਿੱਚ, ਤੁਸੀਂ ਬੋਲ ਲਿਓ, ਤੁਹਾਨੂੰ ਪੂਰਾ ਮੌਕਾ ਦੇਵਾਂਗੇ। ਐਵੇਂ ਤੁਹਾਨੂੰ ਲੱਗਿਆ ਹੋਇਆ ਹਰ ਕੋਈ ਅਰਨਬ ਗੋਸਵਾਮੀ ਬਣ ਕੇ ਟੀਵੀ ਤੇ ਬਹਿ ਜਾਂਦਾ? ਤੁਹਾਨੂੰ ਪੂਰਾ ਮੌਕਾ ਦੇਵਾਂਗੇ, ਤੁਸੀਂ ਹਾਈਪਰ ਨਾ ਹੋਵੋ, ਤੁਹਾਨੂੰ ਪੂਰਾ ਮੌਕਾ ਦੇਵਾਂਗੇ। ਹਾਈਪਰ ਨਹੀਂ, ਹਾਈਪਰ ਤੂੰ ਟੋਕਦਾ ਕਿਉਂ ਵੀਰ ਵਿੱਚ? ਤੁਸੀਂ ਟੋਕਦੇ ਮਰਿਆਦਾ ਦਾ ਕਰ, ਗੱਲ ਪੂਰੀ ਹੋਣ ਤੋਂ ਬੀਜੇਪੀ ਦੀ ਮਨੀਸ਼ ਤਾਂ ਬੀਜੇ ਮਰਿਆਦਾ ਤੁਸੀਂ ਤੋੜ ਦਿਓ, ਗੱਲ ਪੂਰੀ ਨਹੀਂ ਹੋਣ ਦਿੰਦੇ। ਚਲੋ ਕਰੋ, ਚਲੋ ਛੋਟੇ ਸ਼ਬਦ ਤਰੀਕਾ ਕੰਮ ਕਰਨ ਦਾ, ਸਮੇਂ ਦਾ ਥੋੜਾ ਜਿਹਾ ਧਿਆਨ ਰੱਖੋ ਜੀ। ਆਪਣਾ ਤਰੀਕਾ ਠੀਕ ਕਰੋ, ਮੈਂ ਬੋਲਾਂ ਆਪਣੀ ਗੱਲ ਕਿ ਨਾ ਬੋਲਾਂ? ਠੀਕ ਹੈ ਵਨੀਤ ਜੀ, ਤੁਸੀਂ ਗੱਲ ਰੱਖੋ ਪਰ ਥੋੜੇ ਸ਼ਬਦਾਂ ਚ। ਵੋਲਟੋ ਹਾ ਸਾਹਿਬ, ਮੈਨੂੰ ਆਪਣੀ ਗੱਲ ਤਾਂ ਪੂਰੀ, ਵੋਲਟੋ ਹਾ ਸਾਹਿਬ ਮੇਰੀ ਬੇਨਤੀ ਹੈ ਕਿ ਇਹ ਤੁਸੀਂ ਹੋ ਗਏ, ਕਾਂਗਰਸ ਹੋ ਗਏ, ਹਰ ਕੋਈ ਟੱਕਾ ਕਰਦੇ, ਹਰ ਕੋਈ ਕਰਨ ਕੋਸ ਵੀ ਬਣ ਕੇ ਕੋਈ ਗੱਲ ਨਹੀਂ, ਤੁਸੀਂ ਮੁੱਦੇ ਤੇ ਗੱਲ ਕਰੋ ਜੀ ਪਲੀਜ਼। ਗੱਲ ਕੋਈ ਤਰੀਕਾ ਤੁਹਾਡਾ ਕੰਮ ਕਰਨ ਦਾ? ਇੱਕ ਤਰੀਕਾ ਹੈ ਜੀ, ਮੈਂ ਕਰਾਂਗਾ ਵੋਲਟੋ ਸਾਹਿਬ, ਵੋਲਟੋ ਹਾ ਸਾਹਿਬ ਮੈਂ ਕਰ ਲਾਂਗਾ, ਤੁਸੀਂ ਕਹਿਣੀ ਹੈ ਪਹਿਲੇ ਮੈਂ ਕਹਾਂ, ਤੁਸੀਂ ਕਹਿਣੀ ਕਰ ਲਾਂ ਫਿਰ? ਠੀਕ ਹੈ ਫਿਰ ਮੇਰੀ ਸੁਣ ਲਿਓ, ਤੁਸੀਂ ਕਹਿ ਲਓ। ਹਾਂਜੀ ਦੱਸੋ ਜੀ। ਮੈਂ ਹਾਂਜੀ, ਜਦ ਗੱਲ ਕਰੋ ਜਾਂ ਮੈਨੂੰ ਕਰ ਲੈਣ ਦਿਓ। ਨਹੀਂ ਮੈਂ ਕਿਹਾ ਤੁਸੀਂ ਕਹਿ ਲਓ ਫਿਰ, ਮੇਰੀ ਵੀ ਸੁਣ ਲਿਓ ਤੁਸੀਂ ਕਹਿ ਲਓ। ਅੱਛਾ, ਹੁਣ ਮੇਰੀ ਬੇਨਤੀ ਇੰਨੀ ਕੁ ਵਨੀਤ ਜੀ, ਅੰਕੜਿਆਂ ਤੇ ਗੱਲ ਕਰਨੀ ਹੋਊਗੀ, ਜਿੱਤਾਂ ਹਾਰਾਂ ਤੇ ਗੱਲ ਕਰਨੀ ਹੋਊਗੀ, ਉਹ ਆਪਾਂ ਫੇਰ ਕਿਸ ਦਿਨ ਗੱਲ ਕਰਾਂਗੇ, ਅੱਜ ਗੱਲ ਚੱਲਦੀ ਹੈ ਬੜੇ ਸੈਂਸਿਟਿਵ ਮਸਲੇ ਦੀ। ਭਾਵੇਂ ਜਿੱਤੀਏ ਹਾਰੀਏ, ਵੋਟ ਪਵੇ ਨਾ ਪਵੇ, ਵਿਰਸਾ ਸਿੰਘ ਬਲਟੋਹਾ ਨੂੰ ਫਾਹੇ ਵੀ ਟੰਗਿਆ ਹੋਊਗਾ, ਤਦ ਵੀ ਕਹੂਗਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਹੈ। ਦੂਜੀ ਗੱਲ ਜਿਹੜੀ ਹੈ, ਤੁਸੀਂ ਕਹਿੰਦੇ ਜੀ ਇੱਕ ਕਾਨੂੰਨ ਅਨੁਸਾਰ ਕਾਰਵਾਈ ਹੋਊ, ਸੁਪਰੀਮ ਕੋਰਟ ਨੇ ਭਾਈ ਰਾਜੋਆਣਾ ਦੇ ਮਾਮਲੇ ਤੇ ਕਹਿਤਾ ਕਿ ਵਿਦ ਇਨ ਡੇ ਜਿਹੜਾ ਆ ਉਹਦੀ ਪਟੀਸ਼ਨ ਦੇ ਉੱਤੇ ਫੈਸਲਾ ਲਓ। ਕਿਉਂ ਨੀ ਜੇ ਫੈਸਲਾ ਲੈਂਦੇ? ਭਾਈ ਬਲਵੰਤ ਸਿੰਘ ਰਾਜੋਆਣਾ ਨੇ ਕਹਿਤਾ ਜਾਂ ਹਾਂ ਕਰੋ ਜਾਂ ਨਾ ਕਰੋ ਜਾਂ ਮਨਜ਼ੂਰ ਕਰੋ ਜਾਂ ਰੱਦ ਕਰੋ। ਹਾਂਜੀ, ਮੈਨੂੰ ਫਾਹੇ ਚਾੜਨਾ, ਕੱਲ ਚਾੜਦੇ ਜੀ, ਅੱਜ ਚਾੜ ਦਿਓ, ਕਿਉਂ ਨੀ ਜੇ ਕਰਦੇ? ਹਾਂਜੀ, ਇੱਕ ਬੰਦੇ ਨੂੰ ਤੁਸੀਂ 29 ਸਾਲ ਤੋਂ ਜੇਲ੍ਹ 'ਚ ਵੀ ਰੱਖਿਆ ਆ, ਫਾਂਸੀ ਦੇ ਤਖ਼ਤੇ 'ਤੇ ਵੀ ਲਮਕਾ ਕੇ ਰੱਖਿਆ ਆ, ਫੈਸਲਾ ਤੁਸੀਂ ਕਰਦੇ ਨਹੀਂ ਜੀ, ਇਹ ਕਾਨੂੰਨ ਹੈ? ਇਹ ਕਿਹੜੇ ਦੇਸ਼ ਦਾ, ਕਿਹੜੇ ਸੰਵਿਧਾਨ ਦਾ ਇਹ ਕਾਨੂੰਨ ਹੈ? ਕਿਹੜਾ ਲੋਕਤੰਤਰ ਕਹਿੰਦਾ ਕਿ ਕਿਸੇ ਨਾਲ ਇਸ ਤਰ੍ਹਾਂ ਕਰੋ? ਵੀ ਤੁਸੀਂ ਫਾਂਸੀ ਦੀ ਸਜ਼ਾ ਦਿੱਤੀ ਹੈ ਤੇ ਤੁਸੀਂ 2012 ਤੋਂ ਲੈ ਕੇ 17 ਤੱਕ, 17.5 ਸਾਲ ਹੋ ਗਏ ਹੈ, ਉਹਦੇ ਬਾਰੇ ਕੋਈ ਫੈਸਲਾ ਨਾ ਲਓ। 2007 ਤੋਂ ਉਹਨੂੰ ਫਾਂਸੀ ਦੀ ਸਜ਼ਾ ਕੀਤੀ ਹੈ, 22 ਸਾਲ ਹੋ ਗਏ ਉਹਨੂੰ। ਹਾਂਜੀ, ਇਸ ਕਰਕੇ ਜਿਹੜੀਆਂ ਗੱਲਾਂ ਨੇ ਇਸ ਤਰ੍ਹਾਂ ਨਾ ਕਰੋ, ਇਹਨਾਂ ਗੱਲਾਂ ਦਾ ਕੋਈ ਫਾਇਦਾ ਨੀਗਾ। ਲਗਾਤਾਰ ਪੈਰੋਲ ਕੱਟ ਰਹੇ ਨੇ, ਨਿਯਮਾਂ ਅਨੁਸਾਰ ਪੈਰੋਲ ਕੱਟ ਰਹੇ ਨੇ, ਕਿਸੇ ਤਰ੍ਹਾਂ ਦੀ ਛੁੱਟੀ ਜੰਪਣੀ ਉਹਨਾਂ ਨੇ ਕੀਤੀ ਤੇ ਤੁਸੀਂ ਫੇਰ ਉਹਨਾਂ ਤੇ ਜੀ ਸਾਨੂੰ ਆਹ ਹੋ ਜੂਗਾ ਜੀ, ਆਹ ਹੋ ਜੂਗਾ। ਹਾਂ, ਇੱਕੋ ਗੱਲ ਜਿਹੜੀ ਹੈ ਕਿ ਪੋਲਰਾਈਜੇਸ਼ਨ ਦੀ ਖਾਤਰ ਤੁਸੀਂ ਸਰਕਾਰ ਬਣਾਉਣੀ ਸੀ, ਬਣਾ ਲਈ ਹਿੰਦੂ ਸਿੱਖ, ਹਿੰਦੂ ਮੁਸਲਿਮ ਕਰਕੇ ਜਿਹੜਾ ਆ ਦੇਸ਼ ਦੇ ਵਿੱਚ ਸਰਕਾਰ ਬਣਾ ਲਈ। ਸਰਕਾਰ ਵੀ ਜਿਸ ਤਰ੍ਹਾਂ ਦੀ ਬਣੀ, ਪਤਾ ਨੀ 6 ਮਹੀਨੇ ਚੱਲਦੀ ਹੈ ਕਿ ਸਾਲ ਚੱਲਦੀ ਹੈ, 400 ਪਾਰ ਵਾਲਾ ਇਹਦਾ ਨਾਰਾ ਤੁਹਾਡਾ ਆ, ਉਹ 239 ਤੇ ਰੁਕ ਗਿਆ ਆ। ਇਸ ਕਰਕੇ ਜਿਹੜੀਆਂ ਇਹਨਾਂ ਗੱਲਾਂ 'ਚ ਨਾ ਪਈਏ, ਅਸੀਂ ਜਿੱਤਾਂ ਹਾਰਾਂ ਵਾਲੇ ਪਾਸੇ ਨਹੀਂ ਜਾਂਦੇ, ਨਾ ਮੈਂ ਕੋਈ ਸਿਆਸੀ ਹੈ, ਮੈਂ ਤਾਂ ਸਿੱਧੀ ਧਰਮ ਜੀ ਗੱਲ ਤੇ ਕਾਨੂੰਨ ਦੇ ਅਨੁਸਾਰ ਗੱਲ ਕਰੂੰਗਾ ਕਿ ਜੋਸ਼ੀ ਜੀ ਤੁਸੀਂ ਇੱਥੇ ਝੂਠੇ ਜੇ, ਤੁਹਾਡੀ ਸਰਕਾਰ ਇੱਥੇ ਝੂਠੀ ਹੈ, ਤੁਹਾਡੀ ਸਰਕਾਰ ਗੁਨਾਹ ਕਰ ਰਹੀ ਹੈ। ਠੀਕ ਹੈ, ਵੋਟੋ ਸਾਹਿਬ ਆਪਾਂ ਜਵਾਬ ਵੀ ਲੈ ਲਈਏ ਜੀ।
ਠੀਕ ਹੈ ਅਵਨੀਤ ਜੀ ਦੱਸਿਓ। ਮੇਰੀ ਬੇਨਤੀ ਹੈ ਵਲਟੋਹਾ ਸਾਹਿਬ ਕਿ ਵੀ ਇਹ ਗੱਲ ਸੱਚ ਹੈ, ਇਹ ਲਿਖੀ ਹੈ ਕਿ ਅੱਜ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਜਿਵੇਂ ਲੋਕਾਂ ਦੀ ਸੇਵਾ ਕਰ ਰਹੇ ਹੈ, ਜਿਵੇਂ ਲੋਕਾਂ ਚ ਘੁੰਮਦੇ ਨੇ, ਉਸ ਕਰਕੇ ਚੌਥੇ ਨੰਬਰ ਤੇ ਆ ਗਏ ਨੇ। ਇਹੋ ਜਿਹੇ ਕਰਕੇ ਤੁਹਾਨੂੰ ਪੰਜਾਬੀ ਨੇ ਮੇਰੀ ਬੇਨਤੀ, ਹੁਣ ਮੈਂ ਤੁਹਾਡੇ ਵਿੱਚ ਬੋਲਿਆ, ਵਲਟੋਹਾ ਤਾਂ ਮੈਂ ਤੁਹਾਡੇ ਵਿੱਚ ਬਿਲਕੁਲ ਨੀ ਬੋਲਿਆ, ਮੈਂ ਕਿਤੇ ਨੀ ਤੁਹਾਡੇ ਵਿੱਚ ਬੋਲਿਆ। ਤੁਸੀਂ ਸਾਨੂੰ ਸਭ ਕੁਛ ਕਹਿ ਲਿਆ, ਹਿੰਦੂ ਮੁਸਲਿਮ ਹਿੰਦੂ ਸਿੱਖ ਸਭ ਬੋਲ ਲਿਆ, ਮੈਂ ਕਿਤੇ ਨੀ ਬੋਲਿਆ ਵੀਰ ਜੀ। ਤੁਸੀਂ ਮੇਰੀ ਗੱਲ ਧਿਆਨ ਨਾਲ ਸਮਝੋ, ਤੁਹਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੈਗਾ, ਜਿਹੜੀ ਪੰਥਕ ਪਾਰਟੀ ਤੋਂ ਇੱਕ ਪਰਿਵਾਰ ਦੀ ਪਾਰਟੀ ਬਣ ਗਈ ਹੈ, ਉਹਦੇ ਕਰਕੇ ਹੀ ਅੱਜ ਤੁਸੀਂ ਪੰਜਾਬ 'ਚ ਚੌਥੇ ਨੰਬਰ 'ਤੇ ਚਲੇ ਗਏ ਹੋ। ਠੀਕ ਹੈ, ਅੱਜ ਤੁਹਾਨੂੰ ਲੋਕਾਂ ਨੇ ਡਿਸਕਾਰਡ ਕਰਤਾ ਹੈ, ਇਸ ਕਰਕੇ ਜਾਗੋ, ਉੱਠੋ, ਸਮਝੋ। ਜਿੱਥੇ ਬੰਦੀ ਸਿੰਘਾਂ ਦਾ ਮਾਮਲਾ ਹੈਗਾ, ਜੇ ਤੁਹਾਨੂੰ ਲੱਗਦਾ ਹੈ ਕਿ ਕੇਂਦਰੀ ਸਰਕਾਰ ਜਿੱਥੇ ਭਾਜਪਾ ਦੇ ਅਗਵਾਈ 'ਚ ਬਣੀ ਹੈ ਗਲਤ ਕਰ ਰਹੀ ਹੈ, ਤੁਹਾਨੂੰ ਕੋਰਟ 'ਚ ਜਾ ਕੇ ਕੰਟੈਂਟ ਪ੍ਰੋਸੀਡਿੰਗਸ ਕੋਈ ਰੋਕਦਾ? ਤੁਹਾਡੇ ਕਿਸੇ ਨੇ ਹੱਥ ਬੰਨੇ ਹੋਏ ਆ? ਜਾਓ, ਮੇਰੀ ਬੇਨਤੀ ਹੈ, ਜਾਓ ਜਾ ਕੇ ਉੱਥੇ ਕਰੋ, ਤੁਹਾਡੇ ਕੋਲ ਵੱਡੇ ਵੱਡੇ ਵਕੀਲ ਹੈਗੇ ਨੇ, ਜਾ ਕੇ ਉੱਥੇ ਕੰਟੈਂਟ ਪ੍ਰੋਸੀਡਿੰਗ ਪਾ ਦਿਓ ਜੀ। ਕੇਂਦਰ ਸਰਕਾਰ ਦੇ ਖਿਲਾਫ਼ ਕੁਝ ਸੁਣਦੀ ਨਹੀਂ ਸਾਡੀ ਗੱਲ ਕਰਨੀ ਦੀ, ਕਿਉਂ ਨਹੀਂ ਕਰਦੇ? ਰਜਵਾਨੇ ਦੇ ਕੇਸ 'ਚ ਵਲਟੋਹਾ ਸਾਹਿਬ ਕਿੰਨੇ ਫਾਈਲ ਡਿਸਕਨੈਕਟ ਹੋ ਗਏ ਨੇ ਜੀ। ਪਰ ਅਸੀਂ ਤੁਹਾਡਾ ਇੱਕ ਲਾਸਟ ਸਵਾਲ ਲੈਂਦੇ ਹਾਂ ਕਿ ਤੁਸੀਂ ਪਾਰਟੀ ਪੱਧਰ 'ਤੇ ਰਵਨੀਤ ਸਿੰਘ ਬਿੱਟੂ ਦੇ ਬਿਆਨ ਨਾਲ ਇਤਫਾਕ ਰੱਖਦੇ ਹੋ? ਦੇਖੋ, ਰਵਨੀਤ ਸਿੰਘ ਬਿੱਟੂ ਜੀ ਦਾ ਅੱਜ ਬਿਆਨ ਆਇਆ, ਔਰ ਸਾਡੀ ਅੱਜ ਕੋਈ ਮੀਟਿੰਗ ਪਾਰਟੀ ਪ੍ਰਧਾਨ ਜੀ ਨਾਲ ਨਹੀਂ ਹੋਈ ਹੈ, ਇਹਦੇ ਉੱਪਰ ਪਾਰਟੀ ਪ੍ਰਧਾਨ ਜੀ ਹੀ ਕੋਈ ਗੱਲ ਕਨਵੇ ਕਰ ਸਕਦੇ ਨੇ। ਲੇਕਿਨ ਬਿੱਟੂ ਸਾਹਿਬ ਜਿਵੇਂ ਰਾਜੀਵ ਗਾਂਧੀ ਦੀ ਫੈਮਿਲੀ ਨੇ ਜਿਹੜਾ ਹੈਗਾ ਉਹਦੇ ਜਿਹੜੇ ਉਹਨਾਂ ਦੇ ਹਤਿਆਰੇ ਸੀਗੇ ਉਹਨਾਂ ਨੂੰ ਮਾਫ਼ ਕਰਨ ਦੀ ਗੱਲ ਕੀਤੀ ਸੀਗੀ, ਉਸ ਤਰ੍ਹਾਂ ਹੀ ਰਵਨੀਤ ਬਿੱਟੂ ਜੀ ਨੇ ਇਹਨਾਂ ਦੇ ਪਰਿਵਾਰ ਨੇ ਆਪਣੇ ਦਾਦੇ ਦੇ ਹਤਿਆਰਿਆਂ ਨੂੰ ਮਾਫ਼ ਕਰਨ ਦੀ ਗੱਲ ਕੀਤੀ ਹੈ। ਸੋ ਇੱਕ ਵੱਡਾ ਇੱਕ ਪਰਿਵਾਰਿਕ ਮਾਮਲਾ ਹੈ, ਔਰ ਇਹ ਫੈਕਟਰ ਇੰਪੋਰਟੈਂਟ ਫੈਕਟਰ ਹੁੰਦਾ। ਠੀਕ ਹੈ, ਬਹੁਤ ਧੰਨਵਾਦ ਅਵਨੀਤ ਜੋਸ਼ੀ ਸਾਡੇ ਨਾਲ ਜੁੜਨ ਦੇ ਲਈ। ਤਾਂ ਗੁਰਕੀਰਤ ਕੋਟਲੀ ਸਾਡੇ ਨਾਲ ਜੁੜੇ ਨੇ। ਗੁਰਕੀਰਤ ਜੀ, ਲਾਸਟ ਸਵਾਲ ਤੁਹਾਤੋਂ ਵੀ ਵਾਈਂਡ ਅਪ ਕਰ ਰਹੇ ਹਾਂ ਅਸੀਂ ਇਸ ਜਿਹੜਾ ਸਿਲਸਿਲਾ ਚੱਲ ਰਿਹਾ ਸੀ ਗੱਲਬਾਤ ਦਾ, ਕਿ ਜਿਸ ਢੰਗ ਦੇ ਨਾਲ ਹੁਣ ਰਵਨੀਤ ਸਿੰਘ ਬਿੱਟੂ ਕਹਿ ਰਹੇ ਨੇ, ਤੁਸੀਂ ਕਹਿ ਰਹੇ ਹੋ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਇਹ ਮੰਨਿਆ ਜਾਵੇ? ਦੇਖੋ, ਮੈਨੂੰ ਲੱਗ ਰਿਹਾ ਜੀ ਬੀਜੇਪੀ ਵਾਲੇ ਹਾਈਪਰ ਇਸ ਕਰਕੇ ਹੋ ਰਹੇ ਨੇ ਕਿ ਇਹਨਾਂ ਦਾ ਜਿਹੜਾ ਨਾਰਾ ਸੀ ਉਹ ਪੂਰਾ ਨਹੀਂ ਹੋਇਆ 400 ਪਾਰ ਵਾਲਾ ਜੀ। ਹੁਣ ਵੀ ਇਹ ਗੱਲ ਸਪਸ਼ਟ ਨਹੀਂ ਕਰ ਸਕੇ ਬਈ ਇਹ ਬੀਜੇਪੀ ਦਾ ਕੀ ਸਟੈਂਡ ਆ। ਔਰ ਦੂਸਰੀ ਗੱਲ ਇਹ ਆ ਕਿ ਅਸੀਂ ਤਾਂ ਪਹਿਲਾਂ ਤੁਹਾਨੂੰ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਠੀਕ ਹੈ ਕਿ ਅਗਰ ਇੱਕ ਤਾਂ ਪਹਿਲੀ ਗੱਲ ਜਿਹੜਾ ਇਹਨਾਂ ਨੂੰ ਭਾਈ ਕਹਿਣਾ ਇਹ ਕੋਈ ਸ਼ੋਭਾ ਨਹੀਂ ਦਿੰਦੀ ਗੱਲ, ਕਿਉਂਕਿ ਇਹਨਾਂ ਨੇ ਕੋਈ ਬਹੁਤ ਚੰਗੇ ਕੰਮ ਨਹੀਂ ਕੀਤੇ ਹੋਏ ਜੀ। ਇਹ ਸ਼ਬਦ ਜਿਹੜਾ ਵਾ ਇਹ ਭਾਈ ਲਾਉਣਾ ਇਹਨਾਂ ਦੇ ਨਾਲ ਫਿਰ ਇਹ ਗੱਲ ਦੀ ਉਹਨੂੰ ਹਵਾ ਦਿੰਦਾ ਕਿ ਉਹ ਦੁਬਾਰਾ ਇੱਥੇ ਆ ਕੇ ਫਿਰ ਉਸੇ ਤਰ੍ਹਾਂ ਉਹਨਾਂ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਜਿਹੜੀ ਇਹ ਫਿਰ ਲੋਕ ਕੋਸ਼ਿਸ਼ ਕਰਦੇ ਨੇ, ਕਿਉਂਕਿ ਆਪਾਂ ਜਿਹੜੇ ਸਿਆਸੀ ਲੋਕ ਆ ਉਹ ਸਿਆਸਤ ਨਾਲ ਪ੍ਰੇਰਿਤ ਗੱਲਾਂ ਜਿਹੜੀਆਂ ਨੇ ਬਹੁਤ ਸਾਰੇ ਜਿਹੜੇ ਕੈਦੀ ਜਿਵੇਂ ਬਲਟੋਹਾ ਸਾਹਿਬ ਕਹਿ ਰਹੇ ਸੀ ਕਿ ਪੈਰੋਲ ਤੇ ਆ ਜਾਂਦੇ ਨੇ, ਕਿ ਉਹ ਠੀਕ ਨੇ ਜਿਨ੍ਹਾਂ ਦਾ ਕੰਡਕਟ ਸਹੀ ਹੈ ਉਹ ਆ ਸਕਦੇ ਨੇ ਤੁਹਾਨੂੰ ਲੱਗਦਾ? ਬਿਲਕੁਲ, ਅਗਰ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਠੀਕ ਹੈ ਕਿ ਜਿਹੜਾ ਦੇਸ਼ ਦੇ ਕਾਨੂੰਨ ਨੂੰ ਮੰਨਦਾ, ਜਿਹੜਾ ਆਪਦੀ ਅਮਨ ਮਾਨ ਦੀ ਜ਼ਿੰਦਗੀ ਜਿਹੜੀ ਆ ਬਤੀਤ ਕਰਨਾ ਚਾਹੁੰਦਾ, ਠੀਕ ਆ, ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਅਗਰ ਉਹ ਹਿੱਸਾ ਲੈਣਾ ਚਾਹੁੰਦੇ ਨੇ ਸਾਨੂੰ ਕੋਈ ਇਤਰਾਜ਼ ਨਹੀਂ ਠੀਕ ਹੈ। ਪਰ ਲੇਕਿਨ ਅਗਰ ਉਹੀ ਜਿਹੜੀਆਂ ਪੁਰਾਣੀਆਂ ਗੱਲਾਂ ਦੁਬਾਰਾ ਦੁਹਰਾ ਕੇ ਪੰਜਾਬ ਦਾ ਮਾਹੌਲ ਅਗਰ ਖਰਾਬ ਕਰਨਾ ਚਾਹੁੰਦੇ ਨੇ ਤਾਂ ਫਿਰ ਮੈਨੂੰ ਲੱਗਦਾ ਕਿ ਜਿਹੜੀ ਆ ਉਹ ਗੱਲ ਫਿਰ ਵਿੱਚ ਵਿਚਾਲੇ ਜਿਹੜੀ ਅਟਕ ਜਾਂਦੀ ਆ। ਸੋ ਸਭ ਤੋਂ ਅਹਿਮ ਗੱਲ ਜਿਹੜੀ ਸਾਰੀਆਂ ਪੋਲੀਟੀਕਲ ਪਾਰਟੀ ਦੇ ਸਾਹਮਣੇ ਹੋਣੀ ਚਾਹੀਦੀ ਆ ਉਹ ਪੰਜਾਬ ਦੀ ਜਿਹੜੀ ਤਰੱਕੀ, ਖੁਸ਼ਹਾਲੀ, ਅਮਨ ਸ਼ਾਂਤੀ ਹੋਣੀ ਚਾਹੀਦੀ ਆ। ਠੀਕ ਹੈ, ਦੂਜੀ ਗੱਲ ਆ ਅਗਰ ਬੰਦੀ ਸਿੰਘਾਂ ਨੂੰ ਸਰਕਾਰ ਰਿਹਾ ਕਰਨਾ ਚਾਹੁੰਦੀ ਆ ਤਾਂ ਸਾਨੂੰ ਕੋਈ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਬਹੁਤ ਧੰਨਵਾਦ ਗੁਰਕੀਰਤ ਸਿੰਘ ਕੋਟਲੀ ਸਾਡੇ ਨਾਲ ਜੁੜਨ ਦੇ ਲਈ।